ਮੋਸਨ ਭਾਈ ਕਿੰਨੀਆਂ ਡਾਉਣਾ ਲਾਉਣੀਆਂ ਉਹਨਾਂ ਚੋਂ ਪਾਸ ਇਹ ਹੈ ਡੀਪੀ ਦਾ ਕਿੱਥੇ ਡਿਸਾਈਡ ਕੀਤਾ ਹੈ ਡੀਪੀ ਦਾ ਮੈਂ ਕਿੱਥੇ ਡਿਸਾਈਡ ਕੀਤਾ ਉਸ ਭਾਈ ਕੱਲ੍ਹ ਟਾਈਮ ਦਊਗਾ ਨਾ ਤੁਹਾਨੂੰ ਭਾਈ ਦਾ ਟਾਈਮ ਹੈ ਚਲੋ ਤੁਸੀਂ ਆਪਣੀ ਤਸੱਲੀ ਕਰ ਲਿਆ ਜੇ ਹਿੱਲੀ ਤਾਂ ਫਿਰ ਤੂੰ ਪਤਾਰਾ ਪਾਉਣੀਆਂ ਨੇ ਦੋ ਫੈਨ ਬੁਕਸ ਜ਼ਿਆਦਾ ਮੰਗਵਾਉਣੇ ਹਨ ਨਾ ਪੀਂਘਾਂ ਵਾਸਤੇ ਇਹ ਇੱਥੇ ਸਾਹਮਣੇ ਵੀ ਦਰਵਾਜ਼ਾ ਉਤਲੇ ਲੈਂਟਰ ਚ ਪੀਂਘ ਨਾ ਪਵਾ ਲਓ ਚਲੋ ਉਤਲੇ ਚ ਪਵਾ ਲਓ ਤੁਵੇ ਤੇ ਪੋੜੀ ਕਰ ਬੱਕਰ ਜੀ ਜਨਾਬ ਸਾਨੂੰ ਬੇੜਾ ਗਰਕ ਹੋ ਗਈ ਥੱਲੇ ਵੀ ਧਿਆਨ ਮਾਰ ਕੀ ਹੋ ਗਿਆ ਕੁਛ ਨਹੀਂ ਹੋਇਆ ਹਾਂਡੀ ਰੋੜ ਗਈ ਪੋੜੀ ਜਿੰਨਾ ਪਾਣੀ ਲੱਗੇ ਤਾਂ ਉਹਨਾਂ ਸਹੀ ਰਹੇ ਇਸ ਕੋਣੇ ਚ ਵੇਖੋ ਇੱਥੋਂ ਇੰਝ ਪਾਣੀ ਜਾ ਰਿਹਾ ਚੈੱਕ ਤੇ ਦੀਵਾਰ ਵਾਲੇ ਕੋਨੇ ਚ ਕਾਰ ਜਾ ਵੀ ਜਿਹੋ ਜੀ ਢਾਲ ਗਿਆ ਵੇਖ ਅੱਛਾ ਜੀ ਹਾਂ ਇਸ ਕੋਨੇ ਦੀ ਤਰ੍ਹਾਂ ਨਹੀਂ ਆ ਰਹੇ ਮਿਸਤਰੀ ਕਾਫੀ ਆ ਮੂਨ ਨਾਲ ਹੋ ਕੇ ਪਰਮੇਸ਼ਰ ਕਰਾ ਮੌਸਮ ਨਜ਼ਰ ਨਹੀਂ ਆ ਜਾਏਗਾ ਨਜ਼ਰ ਉਹ ਦੂਸਰਾ ਦੇ ਦੇ ਪੀਲੇ ਰੰਗ ਦਾ ਉਹ ਲਿਆ ਆ ਉਹ ਤੋੜੇ ਦੇ ਵਿੱਚ ਕਿਆ ਬਲੀ ਲੈ ਗਿਆ ਤੋੜੇ ਚੋਂ ਪੀਲੇ ਪੀਤਾ ਪਿਆ ਹੁਣ ਕਮਰੇ ਦੇ ਯਾਰ ਪੀਤਾ ਦੂਸਰਾ ਲਓ ਕੋਈ ਗੱਲ ਨਹੀਂ ਜੇ ਪੀਤਾ ਦੂਸਰਾ ਉਹ ਹਵੇਲੀ ਚ ਪਿਆ ਹੁੰਦਾ ਹੋਰ ਮੇਰੇ ਸਿਰ ਤੇ ਪਿਆ ਹੁੰਦਾ ਬੱਕਰ ਦੁਬਾਰਾ ਨੂੰ ਲਾ ਪੌੜੀ ਨੂੰ ਹੋ ਗਿਆ ਧੰਨਵਾਦ
ਜੇ ਇਹਦੇ 'ਚ ਦੋ ਬਕਸ ਕਰ ਲਈਏ ਤੇ ਇਸ ਕਮਰੇ 'ਚ ਵੱਡਾ ਹੈ ਨਾ ਕਮਰਾ ਬੜਾ ਨਹੀਂ ਨਹੀਂ ਬੀਮ ਦੇ ਨਾ ਰੱਖ ਇਹ ਫਿਰ ਸਾਨੂੰ ਵੱਢਣਾ ਪੈਣਾ ਬੀਮ ਚੁੱਕਿਆ ਜਾਣਾ ਇਹਨੇ ਵੀ ਨਾਲ ਚੁੱਕਿਆ ਜਾਣਾ ਚੁੱਕਿਆ ਜਾਣਾ ਤੇਰੇ ਆ ਦੋਵੇਂ ਕਾਰਨਰ ਨੇ ਉਹ ਸਾਰੇ ਥੋੜੇ ਚੁੱਕੇ ਜਾਣੇ ਚਲੋ ਸਾਰੇ ਚੁੱਕਦੇ ਨੇ ਹਾਂਜੀ ਉਹ ਸਾਰੇ ਥੋੜੇ ਚੁੱਕੇ ਜਾਣੇ ਚਲੋ ਜਾਲ ਦੇ ਨਾਲ ਨਹੀਂ ਨਹੀਂ ਪਤਾ ਕੀ ਹੁੰਦਾ ਯਾਰ ਚੁੱਕੇ ਹੋਣ ਨਾ ਥੱਲੇ ਮਾਲ ਵੜ ਜਾਂਦਾ ਅਗਰ ਥੱਲੇ ਬੋਰੀਆਂ ਰੱਖੀਆਂ ਬੋਰੀਆਂ ਨਹੀਂ ਇਹ ਥੋੜਾ ਬਹੁਤ ਅੱਗੇ ਪਿੱਛੇ ਹੋ ਜਾਏਗਾ ਛੱਤ ਬਣਾਉਂਦੀ ਹੈ ਨਾ ਇਹਦੇ ਵਿੱਚ ਵੀ ਇੰਨੀ ਦੀ ਇੱਕ ਕੋਲੀ ਜੀ ਦੇਣੀ ਕਿਹੜੀ ਕਿਉਂਕਿ ਬਾਕੀ ਸਾਰੀ ਲਾਈਟ ਬੰਦ ਹੋ ਜਾਂਦਾ ਸੀੜੀ ਦੀ ਜਸਟ ਆਉਂਦਾ ਠੀਕ ਹੋ ਗਿਆ ਹੂੰ